ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉੱਠ ਪਏ ਆ, ਤਿਆਰ ਹੋ ਗਏ ਆ, ਰੈਡੀ ਸ਼ੈਡੀ ਹੋ ਗਏ ਆ, ਪੱਗਾਂ ਵੱਜ ਗਈਆਂ ਨੇ ਤੇ ਹੁਣ ਆਪਾਂ ਚੱਲੇ ਆ ਨਾਨਕ ਜੀ ਰੇ। ਹਾਂਜੀ ਭਾਜੀ ਰੈਡੀ ਹੋ? ਹਾਂਜੀ ਵੱਡਾ ਸਾਹਿਬ ਰੈਡੀ ਰੈਡੀ ਬਸ ਜੀ। ਗੱਡੀ ਸਾਡੀ ਆ ਰਹੀ ਹੈ ਜੀ, ਇਹ ਚ ਬਹਿ ਕੇ ਅਸੀਂ ਚੱਲਾਂਗੇ ਵਿਧਰ ਨਾਨਕ ਜੀ ਰੇ ਗੁਰਦੁਆਰੇ। ਹਾਂਜੀ ਲੋ ਜੀ ਆ ਬੈਠ ਗਿਆ ਗੱਡੀ ਸਾਰੇ ਜਾਣੇ। ब्रेक दी गई है राज नूं जिथे संगत लंगर पानी छक सकती है। इधर गुरद्वारा छोटे साहिबजादे दी याद विच भी बनाया गया है ते नाले घरी रेस्ट कर सकती है संगत। आओ अगे चलते, इतने बहुत सोहनी बाबे ने चीज बनाई है सू। इस उपर जहाज जान वाला राह भी है जी, तुहानू सोने जा जो वेखो। लंगर वरताया जा रहा है गुरु का लंगर। गुरुद्वारा साहिब देखो जी, गज भाई जा जे रनवे ते रनवे दे बड़ा टाइम हो गया कि कनेडा जाना चल हूं रौनक तो दया कोई गल नहीं जाना ही पैना एक दिन लगे वापस। बहुत सोहना व्यू है इथो जिथे अपना जहाज खलोता है। चला दिन बिच बहा के आईये हूं बफ वांगू चल चल तुरी चल बिच बहा के आवांगे। जहाज तेरा वड्डा ही ओदा खालसे दा जहाज खालसे दा ही। वीर जी बाय बाय, हाथ ना बार बूर कढ़ियो जहाज चो जी। खालसे दे जहाज विच जैब घर बनाया गया बिच लाइटां भी लाइया गई ने। हाथ ना बाहर कड्डी, हाथ ना बाहर कड्डी, ना कड्डी ना कड्डी, हाथ ना बाहर कड्डी। मैनू लगता आप कनेडा पहुंच नहीं गए। कनेडा ही आजो फिर उतर आओ हम थले अजे उत्ते ना थले उतर के पता लगूगा। आजो आ कनेडा का भी कहना मैनू देखो जी। चलो आओ तुहानू भाजी ऊठ दे बाया जाए ते तुहानू हाथी दे सलाह की गर्मी ज्यादा है ते आपां निकलीए हुण बिदर वल नूं ते फोटवां आउंदियां जां ब्रेक वजी आउंदियां के जावांगे जरूर। चलो बवो हुण गड्डी जी। हां जी करो जी चेक व्यू बिदर नूं जांदा होया लोवा जांदी बकदी है भाजी जादोगे लगता हो गए
ਤੇ ਗੱਡੀ ਪਹੁੰਚ ਗਈ ਹੈ। ਪਵਾ ਲਿਆ ਗੱਡੀ 'ਚ ਤੇਲ, ਹੁਣ ਟੈਂਕੀ ਕਰਤੀ ਹੈ ਫੁੱਲ, ਅਤੇ ਡਰਾਈਵਰ ਸਾਡਾ ਪਤਾ ਨਹੀਂ ਵਾਸ਼ਰੂਮ ਗਿਆ ਮੇਰੇ ਹਿਸਾਬ ਨਾਲ। ਤੁਸੀਂ ਵਿਊ ਵੇਖੋ ਇੱਧਰਲੇ ਬੰਦੇ, ਕਰੋ ਚੈੱਕ, ਪਹਾੜੀ ਏਰੀਆ ਬਹੁਤ ਆ, ਪਰ ਇੱਥੇ ਨਾ ਧੁੱਪ ਬਹੁਤ ਜ਼ਿਆਦਾ ਹੁੰਦੀ ਆ। ਹਾਂਜੀ ਮਨਜੋਤ ਭਾਅ ਜੀ ਨੂੰ ਪਾਇਆ ਅੱਗੇ। ਹਾਂਜੀ ਭਾਅ ਜੀ, ਕਿਵੇਂ ਮਹਿਸੂਸ ਹੋ ਰਿਹਾ ਅੱਗੇ ਬੈਠ ਕੇ? ਮਾਨ ਸਾਹਿਬ ਤੁਹਾਨੂੰ ਸੋਹਣੇ ਲੱਗਦਾ ਮਾਤਾ ਭਾਗੋ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਗੁਰਦੁਆਰਾ। ਬਹੁਤ ਸੋਹਣਾ ਇਹ ਗੁਰਦੁਆਰਾ ਬਣਾਇਆ ਗਿਆ ਹੈ। ਇਸਦਾ ਇਤਿਹਾਸ ਇਹ ਹੈ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਉਣ ਪਿੱਛੋਂ 17 ਕਿਲੇ ਵਿੱਚ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਨਦੇੜ ਵਿਖੇ ਜਾਓ ਅਤੇ ਬੰਦੀ ਸ਼ੋਰ ਵਾਲੀ ਘਟਨਾ ਦਾ ਸਾਰਾ ਵਿਸਤਾਰ ਸੰਗਤਾਂ ਨੂੰ ਸੁਣਾਉਣਾ, ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰ ਹਾਜ਼ਰ ਨਾਜ਼ਰ ਹਨ। ਨਦੇੜ ਪੁੱਜਣ ਪਿੱਛੋਂ ਰੁਸਤਮ ਰਾਓ ਅਤੇ ਬਾਲਾ ਰਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਸਿੱਖੀ ਪ੍ਰਚਾਰ ਕੀਤੇ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ। ਮਾਤਾ ਜੀ ਬਿਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾਰੇ ਦੀ ਗਰੀ ਰੁਸਤਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪੁਰੀ ਸਿਧਾਰ ਗਏ। ਮਾਤਾ ਭਾਗੋ ਜੀ ਦੀ ਯਾਦ ਵਿੱਚ ਜਨਵਾਰੇ ਵਿੱਚ ਗੁਰਦੁਆਰਾ ਬਣਾਇਆ ਹੋਇਆ ਹੈ। ਇਹ ਅਸਥਾਨ ਗੁਰਦੁਆਰਾ ਨਾਨਕ ਧੀਰੇ ਤੋਂ। ਲਓ ਜੀ ਮਾਤਾ ਭਾਗ ਕੌਰ ਜੀ ਜਨਵਾਰਾ ਜੀ ਦਾ ਇਤਿਹਾਸ ਲਿਖਿਆ ਹੈ ਸਾਰਾ, ਕਰ ਸਕਦੇ ਹੋ। ਦੁਬਾਰਾ ਗੁਰਦੁਆਰਾ ਮਾਤਾ ਭਾਗੋ ਸਥਾਨ ਮਾਤਾ ਭਾਗ ਕੌਰ ਜੀ। ਗੱਡੀ ਏ ਤੇ ਖੂਹ ਏ, ਬਹੁਤ ਤੇਲ ਪੀਂਦੀ ਆ ਫੇਰ ਅਗਲੇ ਪੰਪ ਤੇ। ਭਾਈ ਚਲੋ ਤੇਲ ਤੇਲ ਆਹੋ ਕਿਹੜੇ ਬਾਹਰ ਹੀ ਨਾ ਜੀ ਟਰੱਕ ਨਾਲ। ਹੋਰ ਬਾਈ ਠੀਕ ਹੋ? ਗੁਰਦੁਆਰਾ ਨਾਨਕ ਧੀਰਾ ਸਾਹਿਬ, ਇੱਥੋਂ ਦਾ ਇਤਿਹਾਸ ਇਹ ਹੈ ਕਿ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਿਦਰ ਸ਼ਹਿਰ ਆਏ ਤਾਂ ਇੱਥੋਂ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਕੋਲ ਆਈਆਂ। ਉਹਨਾਂ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਪਾਣੀ ਨਹੀਂ ਹੈ, ਜੋ ਹੈ ਉਹ ਬਹੁਤ ਖਾਰਾ ਹੈ, ਸਾਨੂੰ ਵੀ ਮਿੱਠੇ ਜਲ ਪ੍ਰਵਾਨ ਕਰੋ। ਮਹਾਰਾਜ ਨੇ ਸਭ ਦੀ ਬੇਨਤੀ ਕਬੂਲ ਕੀਤੀ ਤੇ ਆਪਣਾ ਸੱਜਾ ਪੈਰ ਪਹਾੜੀ ਨੂੰ ਛੂਇਆ ਤੇ ਜਲ ਚੱਲ ਪਿਆ ਤੇ ਸਾਰਾ ਬਿਦਰ ਸ਼ਹਿਰ ਹੁਣ ਤੱਕ ਇੱਥੋਂ ਹੀ ਜਲ ਲੈਂਦਾ ਹੈ। ਇਹ ਰਿਹਾ ਇਸ ਗੁਰਦੁਆਰੇ ਦਾ ਇਤਿਹਾਸ। ਵਾਹਿਗੁਰੂ ਸੱਚਾ। ਨਾਨਕ ਧੀਰਾ ਗੁਰਦੁਆਰਾ ਸਾਹਿਬ ਦਾ ਗੇਟ ਹੈ ਜੀ, ਬਹੁਤ ਵੱਡਾ ਗੇਟ ਹੈ ਬਣਾਇਆ ਤੇ ਬਹੁਤ ਸੋਹਣਾ, ਬਹੁਤ ਸੰਗਤਾਂ ਇੱਥੇ ਆ ਗਈਆਂ ਹੋਲੇ ਤੋਂ ਅਗਲੇ ਦਿਨ, ਸਾਰੀਆਂ ਸੰਗਤਾਂ ਇੱਥੇ ਹੀ ਆਉਂਦੀਆਂ ਜ਼ਿਆਦਾਤਰ। ਇਹ ਰਿਹਾ ਗੁਰਦੁਆਰਾ ਸਾਹਿਬ, ਆਪਾਂ ਪਹਿਲਾਂ ਕਰਨਾ ਇਸ਼ਨਾਨ, ਪਾਉਂਦੇ ਹਾਂ ਸਰੋਵਰ। ਉਹ ਜੀ ਕਰੋ ਦਰਸ਼ਨ ਨਾਨਕ ਝੀਰੇ ਗੁਰਦੁਆਰੇ ਦੇ।
इत्थे रहण लई यात्री निवास भी बनाया गया वा, श्री गुरु गोबिंद सिंह जी यात्री निवास। ये सारी सराह वा जी रहण लई। बाद तुहानूं दर्शन कराउंदे आ जी, जिथे गुरु नानक देव जी ने अपने पैर दे नाल पानी लैण तां सी, इत्थे इह धरती विच पानी नहीं सी हैगा नहीं ते। बाकी तुहानूं लागो जाके विखाउंदे आ जी। सरोवर दे विच जल लो जी, जिथों बाबा जी ने अपने पैर दे नाल पानी लिया सी उस स्थान ते आपां आ गए। लो जी आंदी बार रुक गई हाँ, बजी है ब्रेक, चाह पी लीए हूँ इतों, सारे सोचे ही वो करके चाह चू पी लिया। वेखो मूँह वेखो इन्हों लंगर छक के गड्डी फिर तुर पी है, तो उठ पे ने सारे लगभग एक वीर सत्ता जी। गड्डिया उतार के हम चल गई है जी, आप चले अपने कमरे वाल। चलो जी चलिए, बाकी फोन हो गया डैड, चार्जर लाइए हूँ रखे चिरे हो आ के लंगर पानी छक के, तो हूँ आप चले अपने कमरे जाके हूँ सोइए। ठीक है भाजी, होर कि नहीं ना जाना हूँ सोइए। चलो गुड नाइट जी सारे, ओके बाय टाटा। चैनल नु कर लो सबसक्राइब, बैल आइकोन वाला बटन दब के लाइक कमेंट जरूर करो।